ਪਟਿਆਲਾ ਦੇ AS ਕਾਲਜ ਦੇ ਵਿੱਚ ਅੱਜ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਨੇ ਆਰੋਪੀਆਂ ਦੇ ਖਿਲਾਫ ਜਾਂਚ ਤੇਜ਼ੀ ਦੇ ਨਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ AS ਕਾਲਜ ਦੇ ਬਾਹਰ ਸਵਿਫਟ ਕਾਰ ਦੇ ਵਿੱਚ ਆਏ ਬਦਮਾਸ਼ਾਂ ਨੇ ਵਿਦਿਆਰਥੀਆਂ ਦੇ ਨਾਲ ਲੜਾਈ ਕੀਤੀ ਅਤੇ ਇਸ ਦੌਰਾਨ ਫਾਇਰਿੰਗ ਵੀ ਕਰ ਦਿੱਤੀ। ਇਸ ਫਾਇਰਿੰਗ ਦੇ ਵਿੱਚ ਕਾਲਜ ਦਾ ਇੱਕ ਚਪੜਾਸੀ ਜ਼ਖਮੀ ਹੋਇਆ ਹੈ। ਕਈ ਵਿਦਿਆਰਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਕਾਰ ਦੇ ਵਿੱਚ ਆਏ ਇਹ ਚਾਰ ਬਦਮਾਸ਼ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ, ਇਸ ਵਾਰਦਾਤ ਮਗਰੋਂ ਉਹ ਸਮਰਾਲਾ ਰੋਡ ਦੇ ਵੱਲ ਫਰਾਰ ਹੋਏ ਅਤੇ ਪੈਟਰੋਲ ਪੰਪ ਉੱਤੇ ਪਹੁੰਚ ਕੇ ਪੈਟਰੋਲ ਪਾਉਣ ਤੋਂ ਬਾਅਦ ਗਨ ਪੁਆਇੰਟ 'ਤੇ ਉਹਨਾਂ ਨੇ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਨਕਦੀ ਵੀ ਖੋਹ ਲਈ ਹੈ। ਇਹ ਵਾਰਦਾਤ CCTV ਕੈਮਰਿਆਂ 'ਚ ਕੈਦ ਹੋਈ ਹੈ। ਇਹ ਸਰ ਅੱਜ ਕੱਲ੍ਹ ਐਡਮਿਸ਼ਨ ਡੇਜ਼ ਚੱਲ ਰਹੇ ਨੇ ਅਤੇ ਕਈ ਬੱਚੇ ਆਉਂਦੇ ਆ, ਪੇਰੈਂਟਸ ਵੀ ਆਉਂਦੇ ਆ, ਉਸੇ ਐਂਗਲ ਨਾਲ ਇਕੱਠ ਵੀ ਹੁੰਦਾ, ਕਲਾਸਾਂ ਵੀ ਸਾਈਮਲਟੇਨੀਅਸਲੀ ਲੱਗ ਰਹੀਆਂ। ਇਹਦਾ ਮੀਨ ਟਾਈਮ ਜਦੋਂ ਮੈਂ ਬੈਠਾ ਸੀ ਔਫਿਸ, ਮੈਨੂੰ ਇਹ ਪਤਾ ਲੱਗਿਆ ਕਿ ਆਪਣੇ ਕਾਲਜ ਦੇ ਦੂਸਰੇ ਕੋਰਨਰ 'ਤੇ ਗੋਲੀ ਚੱਲੀ ਹੈ ਅਤੇ ਕੁਛ ਬੱਚੇ, ਤਾਂ ਫਿਰ ਮੈਂ ਵੀ ਇਕਦਮ ਟੀਚਰ ਨੂੰ, ਡਿਸਪਲਿਨ ਕਮੇਟੀ ਦੇ ਸਾਰੇ ਸਾਰੇ ਟੀਚਰ, ਮੈਂ ਖੁਦ ਬਾਹਰ ਆਇਆ ਤਾਂ ਉਹ ਉੱਧਰੋਂ ਭੱਜਦੇ ਭੱਜਦੇ ਦੂਜੇ ਗੇਟ ਤੋਂ ਪਹਿਲੇ ਗੇਟ 'ਤੇ ਆ ਗਏ ਅਤੇ ਆ ਕੇ ਆਪਾਂ ਜਿੱਦਾਂ ਹੀ ਉਹਨਾਂ ਨੂੰ ਦੇਖਿਆ ਆਈਡੈਂਟੀਫਾਈਡ, ਉਹ ਵੀ ਗਾਲਾਂ ਕੱਢਣ ਲੱਗ ਪਏ ਕਿਉਂਕਿ ਕੱਟੇ ਦੇਸੀ ਟਾਈਪ ਰਿਵੋਲਵਰ ਉਹਨਾਂ ਕੋਲ ਸੀਗੇ। ਸਵਿਫਟ ਕਾਰ ਸੀਗੀ, ਸੀਮੈਂਟ ਜੇ ਗ੍ਰੀਨਿਸ਼ ਕਲਰ ਦੇ ਵਿੱਚ, ਜਿਹਦੀ ਕੋਈ ਨੰਬਰ ਪਲੇਟ ਨਹੀਂ ਸੀ ਬੈਕ ਸਾਈਡ 'ਤੇ। ਫਿਰ ਵੀ ਸਾਡੇ ਹੁੰਦੇ ਹੋਏ ਵੀ ਫਾਇਰਿੰਗ ਕਰਦਾ ਹੋਇਆ ਕਾਲਜ ਦੇ ਗੇਟ, ਪਹਿਲੇ ਨੰਬਰ ਗੇਟ 'ਚ ਐਂਟਰ ਕੀਤਾ ਤਾਂ ਉਹਨੇ ਅੰਨੇਵਾਹੀ ਗੋਲੀ ਚਲਾ ਦਿੱਤੀ। ਉਹ ਸਾਡੇ ਇੱਕ ਪੀਅਨ ਦੇ ਲੱਤ 'ਚ ਲੱਗੀ ਵੀ ਹੈ, ਜਿਹਨੂੰ ਹੁਣ 32 'ਚ ਰੈਫਰ ਕੀਤਾ, ਕੋਈ ਗੋਲੀ ਸ਼ਾਇਦ ਅੰਦਰ ਰਿਟੇਨ ਕਰਤੀ ਹੈ। ਅਤੇ ਬਾਕੀ ਸਾਰਾ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ। ਬੜੀ ਮੌਕੇ 'ਤੇ ਪੁਲਿਸ ਪਹੁੰਚੀ, ਜਿੱਦਾਂ ਹੀ ਮੈਂ ਹਰਦੀਪ ਜੀ ਨੂੰ ਵਰਧਾਣਾ ਫੋਨ ਕੀਤਾ, ਹੇਮੰਤ ਜੀ ਨੂੰ ਕੀਤਾ, ਸਾਰੇ ਦੋਨੋਂ ਸਾਈਡ ਤੋਂ ਪੁਲਿਸ ਆ ਗਈ ਆਪਣੀ ਇਨਵੈਸਟੀਗੇਸ਼ਨ ਪੂਰਾ ਕਰ ਰਹੀ ਹੈ। ਬੱਚਿਆਂ ਦੇ ਸ਼ਰੇ ਵੀ ਲੱਗੇ ਨੇ? ਨਹੀਂ, ਬੱਚਿਆਂ ਦੇ ਸ਼ਰੇ ਕੋਈ ਨਹੀਂ, ਇੱਕ ਜਿਹੜੀ ਸਟੂਡੈਂਟ ਗਰਲ ਸਟੂਡੈਂਟ, ਨਹੀਂ ਨਹੀਂ ਉਹਨਾਂ ਦੇ ਸਾਹਮਣੇ ਲੱਗੇ, ਉਹ ਰੋਣ ਲੱਗ ਪਏ ਬੱਚੇ, ਅਦਰਵਾਈਜ਼ ਐਸਾ ਕੁਛ ਪਹਿਲਾਂ ਕਦੀ ਨਹੀਂ ਹੋਈਆਂ। ਮੈਨੂੰ ਸਰ 31 ਈਅਰ ਹੋ ਗਏ ਮੇਰੇ, ਨਹੀਂ ਉਹ 31 ਈਅਰ ਤੋਂ ਪਹਿਲਾਂ 34 ਸਾਲ ਪਹਿਲਾਂ ਦੀ ਗੱਲ ਹੈ। ਇਹਨੂੰ ਤਾਂ ਦੇਖੋ ਆਪਾਂ ਬਹੁਤ ਸਖਤੀ ਨਾਲ ਨਜਿੱਠਣਾ ਹੈ। ਤੁਸੀਂ ਇਹਨੂੰ ਇਸ ਤਰ੍ਹਾਂ ਆਪਾਂ ਕਿੰਨੀ ਸੰਜੀਦਗੀ ਨਾਲ ਦੇਖਦੇ ਹਾਂ, ਨੋਟ ਓਨਲੀ ਮੈਂ ਐਜ ਅ ਪ੍ਰਿੰਸੀਪਲ, ਮੇਰੇ ਸਾਰੇ ਸਟਾਫ ਦੇ ਦੇਖੋ ਬੈਠੇ ਆ, ਮੈਨੇਜਮੈਂਟ ਨੂੰ ਜਿੱਦਾਂ ਹੀ ਪਤਾ ਲੱਗ ਗਿਆ, ਸਾਰੀ ਮੈਨੇਜਮੈਂਟ ਸਾਰੀ ਜਦੇ ਹੀ ਪਹੁੰਚ ਗਈ ਹੈ, ਔਰ ਸ਼ਹਿਰਦਾਰ ਸਾਰੇ ਆਪਾਂ ਇਹਨੂੰ ਬੜੇ ਹੀ ਸਖਤੀ ਨਾਲ ਡੀਲ ਕਰ ਰਹੇ ਹਾਂ, ਔਰ ਸਾਡੇ ਨਾਲ ਅਥਾਰਟੀ ਜਿਹੜੀ ਪੁਲਿਸ ਅਥਾਰਟੀ ਉਹ ਵੀ ਨਾਲ ਸਾਡੇ ਨਾਲ ਖੜੀ ਜੀ। ਸਾਡੇ ਕੋਲ ਸਿਕਿਉਰਿਟੀ ਦੇਖੋ ਕੈਮਰੇ ਲੱਗੇ ਹੋਏ, ਸਾਡੇ ਕੋਲ 16 ਟਾਈਪ ਦੇ ਕੈਮਰੇ, ਆਪਾਂ ਸਾਰੇ ਕਲਿਊ ਪੁਲਿਸ ਨੂੰ ਆਪਾਂ ਦਿੱਤੇ ਆ, ਅਤੇ ਬਾਕੀ ਸਾਰੇ ਪ੍ਰੋਫੈਸਰ ਸਾਡੇ ਪ੍ਰਕਟੋਰੀਅਲ ਡਿਊਟੀ 'ਤੇ ਹੁੰਦੇ, ਕਿਉਂਕਿ ਦੇਖੋ ਇੱਕ ਕਾਇੰਡ ਆਫ ਇੰਸਟੀਟਿਊਸ਼ਨ ਹੈ, ਪ੍ਰੋਫੈਸਰ ਅਤੇ ਸਟੂਡੈਂਟ ਸ਼ਰਮ ਦਾ ਹੀ ਹੁੰਦਾ, ਪਰਦਾ ਹੀ ਹੁੰਦਾ, ਪ੍ਰੋਫੈਸਰ ਵੀ ਖਾਲੀ ਪੀਰੀਅਡਾਂ 'ਚ ਘੁੰਮਦੇ ਰਹਿੰਦੇ ਆ ਅਤੇ ਕਦੀ ਕੋਈ ਦਿੱਕਤ ਨਹੀਂ ਆਈ। ਕਾਰਨ ਹੁਣ ਸਰ ਇਨਵੈਸਟੀਗੇਸ਼ਨ ਹੋ ਰਹੀ ਹੈ, ਪਤਾ ਲੱਗ ਜੂਗਾ, ਇੱਕ ਦੋ ਦਿਨ ਦੇ ਵਿੱਚ ਕਲੀਅਰ ਹੋ ਜੂਗਾ ਸਰ। ਤੁਹਾਨੂੰ ਨਵੀਂ ਪ੍ਰਾਇਰਟੀ, ਆਪਾਂ ਬੈਠੇ ਆ ਸਰ ਤੁਹਾਡੇ ਤੋਂ, ਹੁਣ ਬਾਅਦ ਨਾਲ ਹੀ ਮੀਟਿੰਗ ਕਰਨੀ, ਆਪਾਂ ਹੋਰ ਕੈਮਰੇ 16 ਦੀ ਬਜਾਏ ਵੀ ਵਧਾਉਣੇ ਆ। ਸਿਕਿਉਰਟੀ ਗਾਰਡ ਉਹੀ ਹੁਣੇ ਸਾਡੀ ਮੈਨੇਜਮੈਂਟ ਨੇ ਵੀ ਕਹਿ ਕੇ ਹਟਿਆ ਕਿ ਵੀ ਆਪਾਂ ਤੁਸੀਂ ਇੱਕ ਸਰਵਿਸ ਮੈਨ ਇੱਥੇ, ਆਪਾਂ ਇੱਕ ਪ੍ਰੋਪਰ ਯੂਨੀਫਾਰਮ ਸਿਕਿਉਰਟੀ ਵਾਲਾ ਰੱਖੀਏ, ਨਾ ਕਿ ਕੋਈ ਆਪਾਂ ਇੱਕ ਸਿੰਪਲ ਸਿਵਲ ਵਾਲਾ। ਮੌਕੇ 'ਤੇ ਪਹੁੰਚੀ SSP ਖੰਨਾ ਅਮਨੀਤ ਕੌਂਡਲ ਨੇ ਕਿਹਾ ਕਿ CCTV ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਾਲਜ ਦੇ ਦੋ ਵਿਦਿਆਰਥੀਆਂ ਦੀ ਪਛਾਣ ਵੀ ਹੋ ਗਈ ਹੈ, ਛੇਤੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ। ਅੱਜ ਅਰਾਊਂਡ 2:15 ਦੇ ਕਰੀਬ ਸਾਨੂੰ ਰਿਪੋਰਟ ਹੋਇਆ ਕਿ AS ਕਾਲਜ ਜਿਹੜਾ ਸਮਰਾਲਾ ਰੋਡ 'ਤੇ ਹੈ, ਪੁਲਿਸ ਸਟੇਸ਼ਨ ਸਰਦਰ ਦੇ ਏਰੀਆ 'ਚ ਪੈਂਦਾ, ਉੱਥੇ ਇੱਕ ਗ੍ਰੇ ਕਲਰ ਦੀ ਸਵਿਫਟ ਗੱਡੀ ਆਈ, ਉਹਦੇ 'ਚ ਅਰਾਊਂਡ ਚਾਰ ਦੇ ਕਰੀਬ ਨੌਜਵਾਨ ਦੱਸ ਰਹੇ, ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਹੈਗੀ। ਅਤੇ ਮੌਕੇ 'ਤੇ ਇਮੀਡੀਏਟਲੀ ਮੇਰੇ ਜਿਹੜੇ SHO, DSP ਖੰਨਾ, SPD, DSPD, CI-IN-CHARGE ਸਾਰੇ ਆ ਗਏ ਸੀਗੇ, ਅਤੇ ਸਾਨੂੰ CCTV ਫੁਟੇਜ ਥੋੜ੍ਹੀ ਬਹੁਤ ਹਲੇ ਮਿਲੀ ਹੈ, ਅਤੇ ਇਸਦੇ ਬਿਹਾਫ 'ਤੇ ਥੋੜ੍ਹਾ ਬਹੁਤ ਆਈਡੈਂਟੀਫਾਈ ਵੀ ਹੋ ਗਿਆ, ਔਰ ਕੁਛ ਇਹਨਾਂ ਦੇ ਲੋਕਲ ਕਾਲਜ ਦੇ ਵੀ ਬੱਚੇ ਜਿਹੜੇ ਹੈਗੇ ਉਹ ਆਈਡੈਂਟੀਫਾਈ ਹੋ ਗਏ, ਤਾਂ ਸਾਡੀ ਸਾਰੀ ਟੀਮਾਂ ਲੱਗ ਗਈਆਂ ਜੀ, ਬਹੁਤ ਜਲਦੀ ਅਸੀਂ ਇਸ ਕੇਸ ਨੂੰ ਟਰੇਸ ਕਰ ਲਵਾਂਗੇ। ਜਿਸ ਤਰ੍ਹਾਂ ਮੈਮ ਰੂਮਰਸ ਨੇ ਗੈਂਗਵਾਰ ਜਾਂ ਸਟੂਡੈਂਟ ਵਾਰ, ਇਸ ਤਰ੍ਹਾਂ ਦਾ ਕੋਈ ਸਾਹਮਣੇ ਆਇਆ ਜੀ?
ਦੇਖੋ ਜੀ, ਦੋ ਸਟੂਡੈਂਟਸ ਤਾਂ ਇਹਨਾਂ ਦੇ ਕਾਲਜ ਦੇ ਡੈਫੀਨੇਟਲੀ ਆਈਡੈਂਟੀਫਾਈ ਹੋਏ ਆ, ਬਾਕੀ ਗੈਂਗ ਵਾਰ ਵਾਲਾ ਐਂਗਲ ਅਸੀਂ ਇੱਕ ਵਾਰੀ ਕ੍ਰੈਕ ਹੋ ਜਾ ਕੇ ਫੇਰ ਹੀ ਦੱਸ ਸਕਦੇ ਹਾਂ। ਹਾਂ, ਇਸ ਤੋਂ ਬਾਅਦ ਹੀ ਪਤਾ ਲੱਗਿਆ ਕਿ ਜੀ, ਇਸ ਤੋਂ ਬਾਅਦ ਇਹ ਸਮਰਾਲਾ ਰੋਡ ਵੱਲ ਗਏ ਸੀਗੇ ਅਤੇ ਇੱਕ ਜਿਹੜਾ ਬਰਦਾਲਾ ਚੌਂਕ ਵਿੱਚ ਇੱਕ ਪੈਟਰੋਲ ਪੰਪ ਆਉਂਦਾ, ਉੱਥੇ ਵੀ ਸਾਨੂੰ ਉਸ ਤੋਂ ਬਾਅਦ ਰਿਪੋਰਟ ਹੋਇਆ ਕਿ ਜਿਹੜਾ ਕਰਿੰਦਾ ਸੀ ਪੈਟਰੋਲ ਪੰਪ ਦਾ, ਉਹਦੇ ਤੋਂ ਵੀ ਉਹਨਾਂ ਨੇ ਕੈਸ਼ ਖੋਲਿਆ। ਸੋ ਹੋਪਫੁਲੀ ਦੋਨੋਂ ਕੇਸਿਸ ਟਰੇਸ ਹੋ ਜਾਣਗੇ। ਇੱਕ ਬੰਦਾ ਤਾਂ ਆਈਡੈਂਟੀਫਾਈਡ ਹੀ ਹੈ ਸਾਡੇ ਕੋਲ। ਇੰਜਰਡ ਕਿੰਨੇ ਹੋਏ ਨੇ ਕੋਈ ਸਟੂਡੈਂਟ ਦੇ ਵੀ? ਇੱਕ ਤਾਂ ਜੀ ਇਹਨਾਂ ਦਾ ਪੀ ਐਨ ਹੈ ਜਿਹੜਾ ਕਾਲਜ ਦਾ, ਉਹ ਇੰਜਰ ਹੋਇਆ, ਉਹਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ। ਉਸ ਤੋਂ ਇਲਾਵਾ ਦੱਸ ਰਿਹਾ ਕਿ ਇੱਕ ਜਿਹੜਾ ਲੜਕਾ ਦੂਜਾ ਇਹਨਾਂ ਦੇ ਕਾਲਜ ਦਾ, ਉਹਦੇ ਵੀ ਥੋੜ੍ਹੀ ਬਹੁਤ ਸੱਟ ਲੱਗੀ। ਮੇਨ ਕਾਰਨ ਕੀ ਹੈ ਜੀ? ਕਾਰਨ ਤਾਂ ਜੀ ਇੱਕ ਵਾਰ ਆਈਡੈਂਟੀਫਾਈ ਹੋ ਜਾਏ, ਕਿਉਂਕਿ ਇੱਥੇ ਤਾਂ ਲੋਕਲੀ ਤਾਂ ਬੱਚੇ ਤਾਂ ਕੁਛ ਨਹੀਂ ਦੱਸ ਰਹੇ ਕਿ ਕੋਈ ਇਹਨਾਂ ਦੀ ਪਰਸਨਲ ਰੰਜਿਸ਼ ਸੀ ਜਾਂ ਕੀ ਹੈ। ਵੰਸ ਦਾ ਕੇਸਿਸ ਟਰੇਸ ਤਾਂ ਹੀ ਦੱਸ ਸਕਦੇ ਕੀ ਕਾਰਨ ਹੈ।